ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਂ ਖੁਸ਼ੀਆਂ ਲੈਣਾ ਚਾਹੁੰਦੇ ਹਾਂ ਖੁਸ਼ੀ। ਇੱਕ ਪ੍ਰੋਮਿਸ ਕਰੋ, ਗੁਰਦੁਆਰੇ ਵਿੱਚ ਸੈਲਫੀ ਜਾਂ ਇਹ ਛੋਟੇ ਛੋਟੇ ਕਲਿੱਪਾਂ ਨਹੀਂ ਬਣਾਓਗੇ। ਜੋ ਹਰ ਨਾਮ ਧਿਆਨ ਦੇ, ਧਿਆਨ ਦੇ ਧਿਆਨ ਦਾ ਅਰਥ ਪਤਾ, ਧਿਆਨ ਵਿੱਚ ਚਲਾ ਜਾਏ ਨਾਮ। ਆਖੋ ਬਾਈ ਗੱਲ ਸ਼ੂਟ ਨਹੀਂ ਕਰੇਗੀ, ਔਖੀ ਹੈ ਪਰ ਮੈਂ ਕਰਾਂਗਾ। ਕਿ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਨਹੀਂ, ਚੌਥ ਤਬਦੀਲੀ ਤੇ ਆਣੀ ਆਣੀ ਹੈ, ਬਾਹਰ ਤੇ ਆਊਗੀ ਗੱਲ ਧਿਆਨ ਦੀ ਹੈ। ਮੈਨੂੰ ਸਮਝ ਨਹੀਂ ਆ ਰਿਹਾ, ਇੰਨੀ ਸੋਹਣੀ ਤੁੱਕ ਚੱਲਦੀ ਹੋਵੇ, ਗਗਨ ਤਮਾਮਾ ਬਾਜੇ, ਅਰਥ ਪਤਾ ਜੀ? ਬੰਦਾ ਨਾਮ ਜਪਦਾ ਜਪਦਾ ਤਮਾਮੇ ਤੇ ਵਾਹਿਗੁਰੂ ਪੰਚੇ ਸ਼ਬਦ ਵਜੇ, ਮਤ ਗੁਰਮਤ ਵਡਭਾਗੀ ਅਨਹਦ ਵਜਿਆ, ਉਹਦੇ ਅੰਦਰ ਸ਼ਬਦ ਦਾ ਨਗਾੜਾ ਵਜਿਆ, ਉਹਦੇ ਅੰਦਰ ਸ਼ਬਦ ਦਾ ਨਗਾਰਾ ਵਜਿਆ, ਭਾਈ ਸਤੀ ਦਾਸ ਦੇ ਅੰਦਰ ਜਪਜੀ ਸਾਹਿਬ ਦਾ ਨਗਾਰਾ ਵਜਿਆ, ਤੂਫਾੜ ਹੋ ਗਿਆ। ਉਹ ਤੋਂ ਬਾਅਦ ਵੀ ਨਗਾੜਾ ਚੱਲਦਾ ਪਿਆ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਮ। ਸੁਣਿਓ ਗੱਲ, ਸੁਣਿਓ ਗੱਲ, ਸੁਣਿਓ ਸਾਡੀ ਸੁਰਤ ਕਿੱਥੇ ਹੈ? ਅਸੀਂ ਪਹਿਲੇ ਸਟੇਟਸ ਪਾ ਲਈ, ਕਿਹਨੂੰ ਵਿਖਾਏਗਾ ਸਟੇਟਸ? ਉਹ ਸਟੇਟਸ ਤੇ ਇਹਨੇ ਬਣਾਉਣਾ ਹੀ, ਜਿਹਨੇ ਸਟੇਟਸ ਬਣਾਉਣਾ, ਅੱਖਾਂ ਬੰਦ ਕਰਕੇ ਚਾਰ ਘੜੀਆਂ ਵਾਹਿਗੁਰੂ ਕਹਿ ਲੈ, ਚਾਰ ਘੜੀਆਂ ਵਾਹਿਗੁਰੂ ਕਹਿ ਲੈ। ਜੇ ਵਾਕਈ ਚ ਸਟੇਟਸ ਪਾਉਣਾ ਤੇ ਇੰਨਾ ਮੀਡੀਆ ਪਿਆ, 6-7 ਕੈਮਰੇ ਪਏ ਨੇ, ਇਹਨਾਂ ਪਾ ਦੇਣੀ ਹੈ, ਉਸ ਤੋਂ ਬਾਅਦ ਕੱਟ ਕੱਟ ਕੇ ਜੋ ਮਰਜ਼ੀ ਕਰ। ਗੁਰਦੁਆਰੇ ਆਇਆ ਸੁਰਤ ਨੂੰ ਧਿਆਨ ਨਹੀਂ ਰੱਖਣ ਵਾਸਤੇ, ਕਿਹੜਾ ਸਟੇਟਸ ਤੈਨੂੰ ਚਾਹੀਦਾ? ਸਾਰੇ ਸਟੇਟਸ ਗੁਰੂ ਤੇਗ ਬਹਾਦਰ ਸਾਹਿਬ ਨੇ ਬਣਾਉਣੇ ਨਹੀਂ, ਜੇ ਉਹਨੇ ਸਟੇਟਸ ਡਾਊਨ ਕਰ ਦਿੱਤਾ ਨਾ, ਕਿਤੇ ਨਹੀਂ ਬਣਨਾ ਸਟੇਟਸ। ਉਹ ਇੰਨਾ ਮੀਡੀਆ ਰੱਖ ਕੇ ਹਰ ਹਰ ਚੈਨਲ ਤੇ ਲਾਈਵ ਆ ਰਿਹਾ, ਉਸ ਤੋਂ ਬਾਅਦ ਆਪਾਂ ਠੀਪਾ ਜਿਹਾ ਕੱਢ ਕੇ ਉਹਨੂੰ ਇੱਦਾਂ ਧਰ ਦਿੰਦੇ ਹਾਂ, ਕੀ ਲੱਭਦੇ ਹਾਂ ਵਿੱਚੋਂ, ਕੀ ਲੱਭਦੇ ਹਾਂ ਇਹਦੇ ਚੋਂ? ਉਹ ਇੱਥੋਂ ਚਲਾਉਣਾ, ਇੱਥੇ ਕੈਮਰਾ ਚੱਲੇਗਾ, ਇੱਥੇ ਵੀਡੀਓ ਬਣੇਗੀ। ਜਦੋਂ ਤੂੰ ਤੇਰੀ ਮੌਤ ਸਾਹਮਣੇ ਹੋਏਗੀ, ਉਦੋਂ ਤੇਰੀ ਵੀਡੀਓ ਚੱਲੇਗੀ ਸ਼ਬਦ ਦੀ, ਤੇ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ, ਉਹ ਵੀਡੀਓ ਬਣਾ ਲੈ ਜਰਾ। ਜਦੋਂ ਮੌਤ ਤੇਰੇ ਸਾਹਮਣੇ ਆਵੇ ਤੇ ਤੂੰ ਕਹੇ ਪੰਜ ਪਿਆਰੇ ਭੇਜੋ, ਇਹ ਕਿਹਨੂੰ ਲੈ ਕੇ ਆ ਗਏ? ਜਮਦੂਤ ਦਾ ਤੇ ਕੰਮ ਹੀ ਕੋਈ ਨਹੀਂ ਮੇਰੇ ਕੋਲ, ਮੈਂ ਤੇ ਅੰਮ੍ਰਿਤਧਾਰੀ ਸਿੰਘ ਹਾਂ, ਮੇਰੇ ਕੋਲ ਜਮਦੂਤ ਕਿੱਦਾਂ ਆ ਸਕਦਾ? ਰੱਬ ਦਾ ਵਾਸਤਾ ਜੇ ਮੈਂ ਕਿਹਾ ਗੁਰੂ ਨਾਨਕ ਦੀ ਸਟੇਜ ਗੁਰੂ ਨਾਨਕ ਨੂੰ ਦੇ ਦਿਓ, ਇੱਥੇ ਮੈਡੀਟੇਸ਼ਨ ਹੁੰਦਾ ਹੈ, ਸੁਰਤ ਲੱਗਦੀ ਹੈ, ਧਿਆਨ ਲੱਗਦਾ ਹੈ, ਇੱਥੇ ਧਿਆਨ ਲਾਣਾ ਹੈ ਆਪਾਂ। ਧਿਆਨ ਤਰੋ ਤੈਂ ਕੋ ਮਨ ਮੈਂ, ਜੈ ਕੋ ਅਮਤੋਜ ਸਵੈ ਜਗ ਛਾਇਓ, ਨਾਨਕ ਦਾ ਧਰਮ ਦੇਖੋ, ਸ਼ਬਦ ਗੁਰੂ। ਆਖੋ ਜੀ ਸ਼ਬਦ ਗੁਰੂ, ਸ਼ਬਦ ਗੁਰੂ, ਸ਼ਬਦ ਗੁਰੂ। ਇੱਕ ਗੱਲ ਹੋਰ ਨੋਟ ਕਰ ਲਿਓ, ਜਿਹੜਾ ਬੰਦਾ ਆਪਣੀ ਜ਼ਬਾਨ ਨੂੰ ਬਚਾਉਂਦਾ ਹੈ ਨਾ, ਉਹਦਾ ਘੱਟ ਜਾਂਦਾ ਦੇ ਬੈਲੈਂਸ। ਇੱਥੇ ਆ ਕੇ ਜ਼ਬਾਨ ਚਲਾਉਣੀ, ਜੇ ਜਿੱਥੇ ਚਲਾਉਂਦੇ ਆ ਨਾ ਸਾਰਾ ਦਿਨ, ਨਿੰਦਿਆ ਵਿੱਚ, ਚੁਗਲੀ ਚ, ਗਾਲਾਂ ਵਿੱਚ, ਕਿੰਨੀ ਜ਼ਬਾਨ ਚਲਾਉਂਦੇ ਆ ਬਾਹਰ, ਸਾਰਾ ਦਿਨ ਚਲਾਉਂਦੇ ਆ, ਉਹ ਇੱਥੇ ਆ ਕੇ ਜਿੱਥੇ ਜ਼ਬਾਨ ਚਲਾਉਣੀ ਹੈ, ਇਹ ਜ਼ਬਾਨ ਚਲਾਈ ਦਰਗਾਹ ਪ੍ਰਵਾਨ ਹੋਣੀ ਹੈ, ਉਹਦਾ ਤੇ ਲੇਖਾ ਹੋਣਾ, ਉਹਦੀ ਤੇ ਮਾਰ ਪੈਣੀ ਹੈ। ਜਿਹੜੀਆਂ ਵਿਹਲੀਆਂ ਗੱਲਾਂ ਕਰਦੇ ਆ ਅਸੀਂ ਸਾਰੇ ਕਰਦੇ, ਆਖੋ ਵਾਹਿਗੁਰੂ, ਕੋਈ ਨਹੀਂ ਬਚਿਆ। ਨਿੰਦਿਆ ਕਰਨ ਬਹਿ ਜਾਈਏ ਤੇ ਸਭ ਤੋਂ ਚੰਗੇ ਅਸੀਂ ਸਾਰੇ ਮਾੜੇ, ਹੈ ਨਾ? ਇਹੀ ਹੈ ਸਾਡੀ ਔਕਾਤ, ਇੰਨੀ ਹੈ।